ਤੁਹਾਡਾ ਆਪਣਾ ਇਰਫਾਨ ਜੁਗਨੂੰ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸੋਚ ਸਮਝ ਕੇ, ਅਤੇ ਹਮੇਸ਼ਾ ਮੈਂ ਤੁਹਾਨੂੰ ਕਹਿੰਦਾ ਕਿ ਸੋਚ ਸਮਝ ਕੇ ਗੱਲ ਕਰਿਆ ਕਰੋ, ਕਿਉਂਕਿ ਬਾਅਦ ਦਫ਼ਾ ਅਸੀਂ ਕੋਈ ਐਸੀ ਗੱਲ ਕਰ ਜਾਂਦੇ ਹਾਂ ਜਿਹਦੀ ਵਜ੍ਹਾ ਨਾਲ ਸਾਡੇ ਦੋਸਤ ਮਿੱਤਰ ਭੈਣ ਭਰਾ ਕਿਸੇ ਨਾ ਕਿਸੇ ਦਾ ਦਿਲ ਦੁੱਖ ਜਾਂਦਾ, ਕੋਈ ਨਾ ਕੋਈ ਐਸੀ ਗੱਲ ਉਹ ਦਿਲ 'ਤੇ ਲੈ ਲੈਂਦਾ ਜਿਹਦੀ ਵਜ੍ਹਾ ਨਾਲ ਨਾਰਾਜ਼ਗੀ ਦਾ ਸਬਬ ਬਣ ਜਾਂਦਾ। ਅਤੇ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਿਹਾ ਕਰੋ, ਅੱਛੀਆਂ ਅੱਛੀਆਂ ਗੱਲਾਂ ਕਰਿਆ ਕਰੋ, ਤਾਂ ਖਾਸ ਤੌਰ 'ਤੇ ਸੋਚ ਸਮਝ ਕੇ ਗੱਲ ਕਰਿਆ ਕਰੋ। ਤੁਸੀਂ ਜਾਣਦੇ ਹੋ ਹਮੇਸ਼ਾ ਤਰ੍ਹਾਂ ਅਸੀਂ ਕਿਸੇ ਨਾ ਕਿਸੇ ਦੋਸਤ ਭੈਣ ਭਰਾ ਦੇ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ ਔਰ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਅਸੀਂ ਕਰਾਉਂਦੇ ਹਾਂ। ਲੇਕਿਨ ਮੈਂ ਅੱਜ ਇੱਕ ਮੇਰਾ ਦੋਸਤ ਹੈ, ਬਹੁਤ ਹੀ ਅੱਛਾ, ਉਸ ਟਾਈਮ ਪਾਕਿਸਤਾਨ ਹੈ, ਮੈਂ ਸੋਚਿਆ ਕਿ ਉਹਨਾਂ ਨੂੰ ਮੈਂ ਪ੍ਰੋਗਰਾਮ 'ਚ ਕਿਸ ਤਰ੍ਹਾਂ ਇਨਵਾਈਟ ਕਰ ਸਕਦਾ। ਇੱਕ ਆਈਡੀਆ ਅਸੀਂ ਜ਼ਿਹਨ 'ਚ ਲੈ ਕੇ ਆਉਂਦਾ, ਬੇਸਿਕਲੀ ਜਿਹੜੇ ਮੇਰੇ ਇਸ ਟਾਈਮ DOP ਨੇ, ਡਾਇਰੈਕਟਰ ਨੇ ਰਿਜ਼ਵਾਨ ਵੀ, ਕਹਿੰਦੇ ਇਰਫਾਨ ਬਾਈ ਕਿਸ ਤਰ੍ਹਾਂ ਹੋ ਸਕਦਾ ਕਿ ਅਸੀਂ ਉਹਨੂੰ ਅਸੀਂ ਇਨਵਾਈਟ ਕਰੀਏ। ਫਿਰ ਅਸੀਂ ਸੋਚਿਆ ਕਿ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ, ਕਾਲ 'ਤੇ ਲੈਂਦੇ ਹਾਂ, ਉਹਦੇ ਨਾਲ ਕੁਝ ਅਸੀਂ ਪੁਰਾਣੀਆਂ ਯਾਦਾਂ ਉਹਦੇ ਨਾਲ ਡਿਸਕਸ ਕਰਾਂਗੇ। ਉਹਨਾਂ ਦਾ ਕੰਮ ਅਸੀਂ ਕਾਫੀ ਜ਼ਿਆਦਾ ਅੱਛਾ ਕੀਤਾ ਔਰ ਇਕੱਠਿਆਂ ਕੀਤਾ ਹੈ। ਔਰ ਮੈਨੂੰ ਯਾਦ ਹੈ ਕਿ ਬੜਾ ਖੂਬਸੂਰਤ ਇੱਕ ਉਹਨਾਂ ਦਾ ਗੀਤ ਸੀ ਈਸਟਰ ਦਾ, ਮੈਂ ਚੈਨਲ 'ਚ ਜੋਬ ਕਰਨਾ ਸਾਂ ਅਤੇ ਉੱਥੋਂ ਕਰਨ ਵਾਸਤੇ ਮੈਂ ਉਹਨਾਂ ਦੇ ਘਰ ਗਿਆ। ਮੈਨੂੰ ਖਾਸ ਤੌਰ 'ਤੇ ਉਹਨਾਂ ਦੀ ਘਰ ਦੀ ਜਿਹੜੀ ਹੈ, ਉਹਨਾਂ ਦੀ ਮੰਮੀ ਨੇ ਇੱਕ ਮਿੱਠੀ ਖੀਰ ਜਾਂ ਸ਼ਾਇਦ ਮੇਰੇ ਖਿਆਲ ਬਣਾਈ ਸੀ, ਬੜੀ ਮਜ਼ੇਦਾਰ, ਮੈਨੂੰ ਉਹਦੀ ਰੈਸਿਪੀ ਨਹੀਂ ਯਾਦ ਲੇਕਿਨ ਬੜੀ ਕਮਾਲ ਦੀ ਚੀਜ਼ ਸੀ। ਅਤੇ ਮੈਂ ਅੱਜ ਉਹਨੂੰ ਕਾਲ ਕਰਨ ਲੱਗਾ ਅਤੇ ਹੁਣ ਮੈਂ ਕਾਲ ਕਰਨਾ, ਹੋ ਸਕਦਾ ਕਿ ਉਹ ਨਾ ਚੁੱਕੇ, ਅਗਰ ਨਹੀਂ ਚੁੱਕੇਗਾ ਤਾਂ ਇਹਨੂੰ ਫਿਰ ਦੁਬਾਰਾ ਕਾਲ ਕਰਾਂਗੇ। ਲੇਕਿਨ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਬੰਦਾ ਕੌਣ ਹੈ। ਉਸ ਬੰਦੇ ਦਾ ਨਾਮ ਹੈ ਹਾਰੂਨ ਜੌਨ, ਬਹੁਤ ਹੀ ਖੂਬਸੂਰਤ ਗਾਉਂਦਾ ਹੈ ਔਰ ਖੁਦਾ ਨੇ ਬੜੀ ਅੱਛੀ ਆਵਾਜ਼ ਦਿੱਤੀ ਹੈ, ਬੜੀ ਅੱਛੀ ਖੁਦਾ ਨੇ ਉਹਨੂੰ ਪੋਸਟ ਦਿੱਤੀ ਹੈ, ਬੜੀ ਅੱਛੀ ਜੌਬ ਕਰਦਾ ਔਰ ਸਭ ਤੋਂ ਅੱਛੀ ਗੱਲ ਇਹ ਕਿ ਬਹੁਤ ਹੀ ਅੱਛਾ ਔਰ ਜ਼ਬਰਦਸਤ ਇਨਸਾਨ ਹੈ ਔਰ ਦੋਸਤਾਂ ਦਾ ਦੋਸਤ ਅਤੇ ਯਾਰਾਂ ਦਾ ਯਾਰ ਹੈ। ਅਗਰ ਉਹਨੇ ਕਾਲ ਅਟੈਂਡ ਨਾ ਕੀਤੀ ਤਾਂ ਇਸ ਚੀਜ਼ ਦਾ ਮੈਨੂੰ ਦੁੱਖ ਵੀ ਹੋਏਗਾ, ਕਿਉਂਕਿ ਮੇਰਾ ਯਾਰ ਹੈ। ਲੇਕਿਨ ਉਹਨੂੰ ਮੈਂ ਦੱਸਿਆ ਨਹੀਂ ਕਿ ਮੈਂ ਤੈਨੂੰ ਕਾਲ ਕਰਨ ਲੱਗਾ, ਲੇਕਿਨ ਮੈਂ ਕਾਲ ਮਿਲਾਉਣਾ, ਦੇਖਦੇ ਹਾਂ ਕਿ ਉਹ ਬੰਦਾ ਮੇਰੀ ਕਾਲ ਚੁੱਕਦਾ ਕਿ ਨਹੀਂ। ਹਰੂਨ ਜੌਨ ਪਾਕਿਸਤਾਨ ਤੋਂ, ਇਸ ਟਾਈਮ ਕਰਾਚੀ ਹੈ, ਮੇਰਾ ਬਹੁਤ ਅੱਛਾ ਦੋਸਤ ਹੈ। ਮੈਂ ਉਹਨੂੰ ਕਾਲ ਮਿਲਾਉਣਾ ਔਰ ਉਮੀਦ ਕਰਦੇ ਹਾਂ ਕਿ ਉਹ ਬੰਦਾ ਮੇਰੀ ਕਾਲ ਚੁੱਕ ਲਏਗਾ। ਔਰ ਤੁਸੀਂ ਤਸਵੀਰ ਦੇਖ ਰਹੇ ਹੋ, ਉਹਨਾਂ ਦੇ ਗੀਤ ਵੀ ਅਸੀਂ ਉਹਨਾਂ ਦੇ ਕਲਿਪਸ ਵੀ ਛੋਟੇ ਛੋਟੇ ਪ੍ਰੋਗਰਾਮ ਦੇ ਅੰਦਰ ਚਲਾਵਾਂਗੇ। ਤੁਸੀਂ ਹਮੇਸ਼ਾ ਉਹਨਾਂ ਦੇ ਕੰਮ ਨੂੰ ਸਿਰਾਇਆ ਹੈ ਔਰ ਅੱਛੀਆਂ ਅੱਛੀਆਂ ਯਾਦਾਂ ਸਾਡੀਆਂ ਉਹਨਾਂ ਦੇ ਨਾਲ ਨੇ ਅਤੇ ਮੈਂ ਚਾਹਾਂਗਾ ਅੱਜ ਤੁਹਾਡੀ ਮੁਲਾਕਾਤ ਕਰਾਈ ਜਾਏ ਹਰੂਨ ਜੌਨ ਦੇ ਨਾਲ। ਔਰ ਜੀ, ਮੈਂ ਹਰੂਨ ਜੌਨ ਨੂੰ ਕਾਲ ਮਿਲਾ ਦਿੱਤੀ ਹੈ, ਦੇਖੋ। ਲਓ ਜੀ ਦੋਸਤੋ, ਮੇਰੇ ਨਾਲ ਇਸ ਟਾਈਮ ਨੇ ਹਰੂਨ ਜੌਨ, ਜਿਸ ਟਾਈਮ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਨਾਲ ਮੇਰੇ ਦੋਸਤ ਹੋਣਗੇ, ਉਹਨਾਂ ਨੂੰ ਮੈਂ ਕਾਲ ਕੀਤੀ ਹੈ। ਹਰੂਨ ਜੌਨ ਸਾਹਿਬ, ਕੀ ਹਾਲ ਚਾਲ ਤੁਹਾਡਾ, ਠੀਕ ਠਾਕ ਹੋ? ਹਾਂਜੀ ਇਰਫਾਨ ਭਾਈ, ਸ਼ੁਕਰ ਹੈ ਖੁਦਾਵੰਦ ਦਾ, ਬਿਲਕੁਲ ਠੀਕ ਠਾਕ। ਤੁਸੀਂ ਸੁਣਾਓ, ਤੁਸੀਂ ਮੇਰੀ ਆਵਾਜ਼ ਪਛਾਣੀ ਹੈ ਜਾਂ ਨਾਮ ਸੇਵ ਕੀਤਾ ਹੋਇਆ? ਸਰ, ਮੈਂ ਤੁਹਾਡਾ ਨਾਮ ਸੇਵ ਕੀਤਾ ਹੋਇਆ ਔਰ ਤੁਹਾਡੀ ਆਵਾਜ਼ ਕੋਈ ਜਾਣੀ ਪਛਾਣੀ ਲੱਗ ਰਹੀ। ਲਓ ਜੀ, ਮੈਂ ਦੋਸਤਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਕਿਹਾ ਜਿਸ ਤਰ੍ਹਾਂ ਬਾਕੀ ਪ੍ਰੋਗਰਾਮ 'ਚ ਅਸੀਂ ਆਪਣੇ ਸਾਰੇ ਦੋਸਤਾਂ ਨੂੰ ਇਨਵਾਈਟ ਕਰਨੇ ਹਾਂ, ਅਤੇ ਮੈਂ ਕਿਹਾ ਅੱਜ ਮੈਂ ਆਪਣੇ ਇੱਕ ਮਿੱਤਰ ਹੈ, ਮੇਰਾ ਦੋਸਤ ਪੁਰਾਣਾ ਬੜਾ, ਔਰ ਬੜਾ ਇਕੱਠਿਆਂ ਅਸੀਂ ਕੰਮ ਵੀ ਕੀਤਾ, ਅਤੇ ਮੈਂ ਕਿਹਾ ਸਾਡੀਆਂ ਬੜੀਆਂ ਪੁਰਾਣੀਆਂ ਯਾਦਾਂ ਵੀ ਨੇ ਉਹਨਾਂ ਦੇ ਨਾਲ ਮਿਲ ਕੇ, ਅੱਜ ਅਸੀਂ ਉਹਨਾਂ ਯਾਦਾਂ ਨੂੰ ਦੁਬਾਰਾ ਤੋਂ ਤਾਜ਼ਾ ਕਰਾਂਗੇ। ਮੈਂ ਕਿਹਾ ਇਸ ਟਾਈਮ ਉਹ ਵੀ ਡਿਊਟੀ 'ਤੇ ਹੋਏਗਾ, ਅਤੇ ਮੈਂ ਕਿਹਾ ਕਿਉਂ ਨਾ ਉਹਨਾਂ ਨੂੰ ਕਾਲ ਕੀਤੀ ਜਾਏ ਅਤੇ ਸਾਰੇ ਦੋਸਤਾਂ ਦੇ ਨਾਲ ਗੱਲਬਾਤ ਕਰਾਈ ਜਾਏ। ਅਰੁਣ ਸਾਹਿਬ, ਅੱਜ ਕੱਲ੍ਹ ਕੀ ਚੱਲ ਰਿਹਾ ਅਤੇ ਮੈਨੂੰ ਦੱਸੋ ਕੀ ਮਸਰੂਫੀਅਤ ਹੈ? ਇਰਫਾਨ ਭਾਈ, ਬਹੁਤ ਸਾਰੀ ਮਸਰੂਫੀਅਤ, ਖੁਦਾਵੰਦ ਦਾ ਕੰਮ ਹੀ ਸਾਥ ਨਾਲ ਨਾਲ ਹੋ ਰਿਹਾ, ਵਰਸ਼ਿਪ ਵੀ ਹੋ ਰਹੀ ਹੈ, ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਖਿਦਮਾਤ ਖੁਦਾਵੰਦ ਨੇ ਐਜ਼ ਅ ਗਿਫਟ ਦਿੱਤੀਆਂ ਨੇ ਜਿਨ੍ਹਾਂ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ। ਮੈਂ ਕਰਾਚੀ ਸ਼ਹਿਰ ਦੇ ਅੰਦਰ ਹਾਂ ਅੱਜ ਕੱਲ੍ਹ ਔਰ ਇੱਥੇ ਖੁਦਾਵੰਦ ਨੇ ਮੈਂ ਬਿਲਕੁਲ ਦੱਸ ਚੁੱਕਿਆ ਕਿ ਅੱਜ ਕੱਲ੍ਹ ਹਰੂਨ ਸਾਹਿਬ ਕਰਾਚੀ ਨੇ, ਅੱਜ ਕੱਲ੍ਹ ਅਤੇ ਕਰਾਚੀ ਦੇ ਵਿੱਚ ਮੈਂ ਕਹਿੰਦਾ ਛਾਏ ਹੋਏ ਨੇ। ਬਸ ਫਜ਼ਲ ਖੁਦਾਵੰਦ ਦਾ, ਵਰਸ਼ਿਪ ਦੇ ਨਾਲ ਨਾਲ ਯੂਥ ਲੀਡਰਸ਼ਿਪ
ਖੁਦਾਵੰਦ ਨੇ ਦਿੱਤੀ ਹੈ, ਯੂਥ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਔਰ ਜ਼ਰੂਰਤ ਬਹੁਤ ਵੀ ਹੈ ਸਾਰੇ ਯੂਥ ਤੇ ਕੰਮ ਕਰਨ ਖੁਦਾਵੰਦ ਦੀ। ਦੇ ਬਿਲਕੁਲ ਬਿਲਕੁਲ, ਔਰ ਬਹੁਤ ਸਾਰੇ ਨੌਜਵਾਨਾਂ ਨੂੰ ਥਰੂ ਬਾਈਬਲ, ਔਰ ਕਿਉਂਕਿ ਮੈਂ ਸਾਈਕੋਲੋਜੀ ਦਾ ਸਟੂਡੈਂਟ ਵੀ ਹਾਂ ਅਤੇ ਸਾਈਕੋਲੋਜੀਕਲ ਤਰੀਕੇ ਦੇ ਨਾਲ ਵੀ ਮੈਂਟਲੀ ਤੌਰ 'ਤੇ ਵੀ ਨੌਜਵਾਨਾਂ ਨੂੰ ਥੋੜ੍ਹਾ ਜਿਹਾ ਗਾਈਡ ਕਰੀਦਾ ਤਾਂ ਕਿ ਉਹ ਆਪਣੀ ਤਮਾਮ ਮੁਸ਼ਕਲਾਂ 'ਚੋਂ, ਟੈਨਸ਼ਨ ਤੋਂ ਨਿਕਲ ਕੇ ਜੋ ਹੈ ਉਹ ਖੁਦਾਵੰਦ ਵੱਲ ਆਣ ਰਜੂ ਕਰਨ। ਅਤੇ ਬਹੁਤ ਸਾਰੇ ਅੱਛੇ ਟੀਚਰਸ ਉਹਨਾਂ ਦੀ ਗਾਈਡਲਾਈਨ 'ਚ ਰਹਿੰਦਿਆਂ ਹੋਇਆਂ ਅਸੀਂ ਖੁਦਾ ਦੇ ਫਜ਼ਲ ਨਾਲ ਕੰਮ ਕਰ ਰਹੇ ਹਾਂ, ਔਰ ਬਹੁਤ ਜਲਦ ਅਸੀਂ ਇਸ ਚੀਜ਼ ਨੂੰ ਵਧਾਵਾਂਗੇ ਵੀ ਤਾਂ ਕਿ ਸਾਡੀ ਨੌਜਵਾਨ ਨਸਲ ਯੂਥ ਜਿਹੜੀ ਉਹ ਤਰੱਕੀ ਕਰੇ ਅਤੇ ਜ਼ਿਆਦਾ ਤੋਂ ਜ਼ਿਆਦਾ ਖੁਦਾਵੰਦ 'ਚ ਹੋ ਕੇ, ਖੁਦਾਵੰਦ 'ਚ ਮਸਰੂਰ ਹੈ ਤਾਂ ਕਿ ਅਸੀਂ ਤਰੱਕੀ ਕਰੀਏ, ਸਾਡੀ ਕੌਮ ਤਰੱਕੀ ਕਰੇ। ਵਾਹ ਵਾਹ ਜੀ, ਬੜੇ ਅੱਛੇ ਤੁਹਾਡੇ ਖਿਆਲਾਤ ਨੇ। ਹਰੂਨ ਜੋਨ ਸਾਹਿਬ, ਤੁਸੀਂ, ਤੁਹਾਨੂੰ ਮੈਂ ਹਰੂਨ ਭਾਈ ਵੀ ਕਹਿ ਲੈਂਦਾ, ਕਦੀ ਕਦੀ ਹਰੂਨ ਵੀ ਕਹਿ ਲੈਂਦਾ, ਮੈਨੂੰ ਇਹ ਦੱਸੋ ਕਿ ਤੁਸੀਂ ਹੁਣ ਨੌਜਵਾਨਾਂ ਦੀ ਸਾਈਕੀ ਨੂੰ ਸਮਝਣ ਲੱਗ ਗਏ ਹੋ। ਸਾਡੇ ਜਿਹੜੇ ਪੁਰਾਣੇ ਯਾਰ ਬੇਲੀ ਨੇ ਗੋਸਪਲ ਮੀਡੀਆ ਦੇ, ਮੈਨੂੰ ਇਹ ਦੱਸੋ ਸਭ ਤੋਂ ਜ਼ਿਆਦਾ ਕਿਹਦੀ ਸਾਈਕੀ ਨੂੰ ਬੜੀ ਜਲਦੀ ਸਮਝਦੇ ਹੋ? ਐਸੇ ਤੁਹਾਨੂੰ, ਤੁਸੀਂ ਬਖੂਬੀ ਇਸ ਗੱਲ ਨੂੰ ਤੁਸੀਂ ਜਾਣਦੇ ਹੋ। ਨਹੀਂ, ਬੰਦੇ ਦਾ ਨਾਮ ਲੈਣਾ ਤੁਸੀਂ, ਸਿਆਸੀ ਬਿਆਨ ਨਹੀਂ ਦੇਣਾ। ਜੀ ਜੀ ਜੀ, ਬੰਦੇ ਦਾ ਨਾਮ ਮੈਂ ਤੇ ਤੁਹਾਨੂੰ ਪਤਾ ਇੱਕ ਬੰਦੇ ਦੇ ਨਾਂ ਲਵਾਂਗਾ ਜਿਹਦੇ ਨਾਲ ਮੈਂ ਬਹੁਤ ਜ਼ਿਆਦਾ ਟਾਈਮ ਗੁਜ਼ਾਰਿਆ, ਕਿਉਂਕਿ ਅਸੀਂ ਕਜ਼ਨ ਵੀ ਹਾਂ। ਸਲਾਹ ਸਰਵਰ ਦੀ ਗੱਲ ਕਰ ਰਿਹਾ ਮੈਂ। ਵਾਹ ਵਾਹ ਜੀ, ਸਲਾਹ ਸਰਵਰ ਲਈ ਜ਼ੋਰਦਾਰ ਤਾਲੀਆਂ, ਔਰ ਤੁਸੀਂ ਵਾਕਈ ਉਹਦੀ ਸਾਈਕੀ ਬਹੁਤ ਅੱਛੇ ਤਰੀਕੇ ਨਾਲ ਸਮਝ ਲੈਂਦੇ ਹੋ। ਸਾਡੀ ਕੈਮਿਸਟਰੀ ਬੜੀ ਅੱਛੀ ਹੈ, ਅਸੀਂ ਬੜੇ ਅੱਛੇ ਦੋਸਤ ਵੀ ਹਾਂ, ਭਾਈ ਵੀ ਹਾਂ, ਔਰ ਵੀ ਬੜਾ ਕੁਝ ਹੈ ਅਸੀਂ। ਮੈਨੂੰ ਇਹ ਦੱਸੋ, ਬਿਲਕੁਲ, ਵਰਸ਼ਿਪ ਸੈਸ਼ਨ ਦੇ ਵਿੱਚ ਵੀ ਤੁਹਾਡਾ ਇੱਕ ਦੂਸਰੇ ਦੇ ਨਾਲ ਬੜਾ ਅੱਛਾ ਇੱਕ ਕੈਮਿਸਟਰੀ ਤੁਹਾਡੀ ਮੈਚ ਕਰਦੀ। ਮੈਨੂੰ ਇਹ ਦੱਸੋ ਹਰੂਨ ਭਾਈ, ਕਦੀ ਕਦੀ ਕੈਮਿਸਟਰੀ ਦੇ ਨਾਲ ਨਾਲ ਕਦੀ ਫਿਜ਼ਿਕਸ ਵੀ ਮੈਚ ਕੀਤੀ ਹੈ ਤੁਹਾਡੀ? ਮਤਲਬ ਹੈ ਕਿ ਬੜੀ ਅੱਛੀ ਬੌਂਡਿੰਗ ਹੈ, ਮੇਰੇ ਤੋਂ ਛੋਟਾ ਹੈ ਲੇਕਿਨ ਅਸੀਂ ਦੋਸਤਾਂ ਤਰ੍ਹਾਂ ਰਹਿੰਦੇ ਹਾਂ, ਔਰ ਬੜਾ ਅੱਛਾ ਅਸੀਂ ਦੁੱਖ ਸੁੱਖ 'ਚ ਇੱਕ ਦੂਸਰੇ ਦਾ ਸਾਥ ਦਿੰਦੇ ਹਾਂ, ਔਰ ਉਹ ਵੀ ਅੱਜ ਕੱਲ੍ਹ ਬੜਾ ਖੁਦਾਵੰਦ ਦੇ ਫਜ਼ਲ ਨਾਲ ਤਰੱਕੀ ਕਰ ਰਿਹਾ, ਔਰ ਮਿਊਜ਼ਿਕ ਨੂੰ ਬੜਾ ਅੱਛਾ ਸਮਝਦਾ, ਔਰ ਉਸ ਤੋਂ ਇਲਾਵਾ ਬੜਾ ਅੱਛਾ ਲਿਖਦਾ, ਬੜਾ ਅੱਛਾ ਕੰਪੋਜ਼ ਕਰਦਾ, ਤੁਸੀਂ ਜਾਣਦੇ ਹੋ। ਤੇ ਸਾਡੀ ਬੜੀ ਅੱਛੀ ਬੌਂਡਿੰਗ ਹੁੰਦੀ ਹੈ ਅਕਸਰ, ਉਹ ਮੇਰੇ ਵਾਸਤੇ ਜਦੋਂ ਲਿਖਦਾ ਤੇ ਉਹ ਕੋਈ ਵੀ ਚੀਜ਼ ਬਣਾਉਂਦਾ ਤੇ ਉਹ ਕਹਿੰਦਾ ਤੁਹਾਡੇ ਨਾਲ ਸ਼ੇਅਰ ਕਰਦਾ ਪਹਿਲੇ ਤੁਹਾਡੇ ਵਾਸਤੇ। ਹਾਂਜੀ, ਇਹ ਹੁੰਦਾ ਇਸ ਤਰ੍ਹਾਂ ਹੀ ਹੁੰਦਾ, ਤੁਹਾਡੀ ਜਦੋਂ ਆਪਸ 'ਚ ਕਿਸੇ ਦੇ ਨਾਲ ਕੈਮਿਸਟਰੀ ਮੈਚ ਕਰ ਰਹੀ ਹੁੰਦੀ ਹੈ, ਤੁਹਾਡੀ ਫਿਰ ਕੋਸ਼ਿਸ਼ ਹੁੰਦੀ ਕਿ ਯਾਰ ਮੇਰਾ ਐਸਾ ਕੋਈ ਬੈਸਟ ਪਾਰਟਨਰ ਕਿਹੜਾ ਜਿਹਦੇ ਨਾਲ ਮੈਂ ਸ਼ੇਅਰ ਕਰਾਂ, ਔਰ ਹੋ ਸਕਦਾ ਮੈਨੂੰ ਉਹ ਕੋਈ, ਅਗਰ ਕੋਈ ਕਮੀ ਪੇਸ਼ੀ ਹੋਏਗੀ ਤਾਂ ਮੈਨੂੰ ਦੱਸੇਗਾ ਵੀ, ਔਰ ਅਸੀਂ ਦੋਨੋਂ ਮਿਲ ਬੈਠ ਕੇ ਉਸ ਚੀਜ਼ ਨੂੰ ਬਿਹਤਰੀਨ ਕਰ ਸਕਾਂਗੇ। ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਮੇਰਾ ਇੱਕ ਗੀਤ ਸੀ ਬੜਾ ਖੂਬਸੂਰਤ, ਤੇਰੀ ਬਾਰਗਾ, ਉਹ ਸਲਾਸ ਦਾ ਹੀ ਲਿਖਿਆ ਹੋਇਆ ਸੀ, ਕੰਪੋਜੀਸ਼ਨ ਉਹਦੀ ਸੀ, ਔਰ ਬੜੀ ਅੱਛੀ ਫੀਡਬੈਕ ਵੀ, ਔਰ ਮੈਂ ਗਾਇਆ ਵੀ, ਔਰ ਉਹਨੇ ਮੈਨੂੰ ਯਾਦ ਵੀ ਕਰਾਇਆ, ਉਹਦੀ ਕੰਪੋਜੀਸ਼ਨ ਯਾਦ ਕਰਾਈ, ਅਤੇ ਬੜਾ ਅੱਛਾ ਸਾਡਾ ਤਿੰਨਾਂ ਦਾ ਬੜਾ ਅੱਛਾ ਵਕਤ ਗੁਜ਼ਰਿਆ, ਮੇਰਾ, ਸਲਾਸ ਦਾ, ਔਰ ਹਰੂਨ ਦਾ। ਹਰੂਨ ਸਾਹਿਬ, ਮੈਨੂੰ ਇੱਕ ਚੀਜ਼, ਮੈਂ ਤੁਹਾਡੇ ਆਉਣ ਤੋਂ ਪਹਿਲੇ ਡਿਸਕਸ ਕਰ ਰਿਹਾ ਸਾਂ, ਤੁਹਾਡਾ ਇੱਕ ਗੀਤ ਸੀ ਅਰਸ਼ਾਂ, ਅਸੀਂ ਕ੍ਰਿਸਮਿਸ ਦਾ ਮੈਚ ਕਰ ਲਿਆ, ਅਤੇ ਉਹ ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ ਅਰਸ਼ਾਂ ਤੋਂ ਆਇਆ, ਮੈਨੂੰ ਇੱਕ ਚੀਜ਼ ਯਾਦ ਆ ਰਹੀ ਹੈ, ਉਹ ਮਾਂ ਜੀ ਨੇ ਬਣਾਈ ਸੀ ਮੈਨੂੰ, ਉਹ ਮਿਠਾਈ ਪਤਾ ਨਹੀਂ ਕਿਹੜੀ ਚੀਜ਼, ਮੈਨੂੰ ਉਹ ਭੁੱਲ ਗਈ ਹੈ, ਮੈਨੂੰ ਇਹ ਦੱਸੋ ਉਹਦਾ ਨਾਂ ਕੀ ਸੀ? ਮੈਨੂੰ ਖੁਦ ਵੀ ਬੜਾ ਪਸੰਦ ਹੈ, ਹਾਲਾਂਕਿ ਮੈਨੂੰ ਮਿੱਠਾ ਇੰਨਾ ਪਸੰਦ ਨਹੀਂ, ਲੇਕਿਨ ਉਹਨਾਂ ਦੇ ਹੱਥ ਦੀ ਬਣਾਈ ਹਰ ਚੀਜ਼ ਹੀ ਬੜੀ ਲਜ਼ੀਜ਼ ਹੈ, ਔਰ ਉਹਨਾਂ 'ਚ ਮੈਂ ਕਹਿੰਦਾ ਮੈਨੂੰ ਅੱਜ ਤੱਕ ਯਾਦ ਹੈ, ਮੈਨੂੰ ਭਾਵੇਂ ਨਾਂ ਯਾਦ ਨਹੀਂ ਹੈ, ਲੇਕਿਨ ਮੈਨੂੰ ਇਹ ਜ਼ਰੂਰ ਯਾਦ ਹੈ ਕਿ ਉਹਨਾਂ ਨੇ ਹਲਵਾ ਬਣਾਇਆ ਸੀਗਾ। ਹੁਣ ਤੁਸੀਂ ਜਦੋਂ ਪਾਕਿਸਤਾਨ ਆਉਣਾ ਹੈ, ਬਲਕਿ ਤੁਸੀਂ ਪੰਜਾਬ ਆਉਣਾ ਹੈ, ਕਿਉਂਕਿ ਮੈਂ ਪਾਕਿਸਤਾਨ ਤੋਂ ਬਾਹਰ ਹਾਂ, ਅਤੇ ਅਸੀਂ ਫਿਰ ਜ਼ਰੂਰ ਮਿਲਾਂਗੇ, ਬੈਠਾਂਗੇ, ਔਰ ਅਸੀਂ ਫਿਰ ਪ੍ਰੋਪਰ ਤਰੀਕੇ ਨਾਲ ਫਰਮਾਇਸ਼ ਕਰਾਂਗੇ ਮਾਂ ਜੀ ਨੂੰ
ਕਿ ਦੁਬਾਰਾ ਹੁਣ ਪੇਠੇ ਦਾ ਹਲਵਾ ਜੀ ਬਣਾਓ। ਜੀ ਬਿਲਕੁਲ ਹੁਣ ਬਿਲਕੁਲ ਦੋ ਪੇਠੇ ਆ ਗਏ ਨੇ, ਇੱਕ ਕਰਾਚੀ ਤੋਂ ਆ ਗਿਆ ਤੇ ਇੱਕ ਦੁਬਈ ਤੋਂ ਆ ਗਿਆ। ਅਰੁਣ ਸਾਹਿਬ ਮੈਨੂੰ ਇਹ ਦੱਸੋ ਕਿ ਕੋਈ ਐਸੀ ਪੁਰਾਣੀ ਯਾਦ ਤੁਹਾਡੀ ਮੇਰੀ ਅਤੇ ਸਲਾਸ ਦੀ ਇਕੱਠਿਆਂ ਕੋਈ ਜੁੜੀ ਹੋਵੇ ਜਿਹਦੇ ਵਿੱਚ ਸਾਡੀ ਨੋਕ ਝੋਕ ਵੀ ਹੋਈ ਹੋਵੇ ਅਤੇ ਬਾਅਦ 'ਚ ਅਸੀਂ ਉਹਨੂੰ ਬੜੇ ਤਰੀਕੇ ਨਾਲ ਇੰਜੋਏ ਵੀ ਕੀਤਾ ਹੋਵੇ, ਕੋਈ ਐਸੀ ਯਾਦ ਮੇ ਸਾਡੇ ਦੋਸਤਾਂ ਦੇ ਨਾਲ ਜਿਹੜੇ ਸਾਨੂੰ ਇਸ ਟਾਈਮ ਦੇਖ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਸਾਂਝੀ ਕਰਨਾ ਚਾਹੋ ਕੋਈ ਐਸਾ ਵਾਕਿਆ? ਯਾਦਾਂ ਤੇ ਬਹੁਤ ਸਾਰੀਆਂ ਜੁੜੀਆਂ ਨੇ, ਬੜਾ ਅੱਛਾ ਟਾਈਮ ਅਸੀਂ ਗੁਜ਼ਾਰਿਆ ਤੁਹਾਡੇ ਸਟੂਡੀਓ 'ਚ ਵੀ, ਕਾਰ ਵੀ, ਤੁਸੀਂ ਸਾਡੇ ਕੋਲ ਵੀ ਆਏ, ਅਸੀਂ ਤੁਸੀਂ ਨਾਈਟ ਸਟੇ ਵੀ ਕੀਤਾ, ਮਤਲਬ ਬੜਾ ਅੱਛਾ ਇੱਕ ਟਾਈਮ ਅਸੀਂ ਗੁਜ਼ਾਰਿਆ। ਲੇਕਿਨ ਇੱਕ ਚੀਜ਼ ਮੈਨੂੰ ਕਦੇ ਨਹੀਂ ਭੁੱਲਦੀ, ਜਿਵੇਂ ਕਿ ਜ਼ਿਕਰ ਹੋਇਆ ਸੀ ਅਰਸ਼ਾ ਤੋਂ ਆਇਆ ਗੀਤ ਜਦੋਂ ਸ਼ੂਟ ਕੀਤਾ, ਕਿਉਂਕਿ ਡੇ ਨਾਈਟ ਅਸੀਂ ਸ਼ੂਟ ਕੀਤਾ ਸੀ ਤੇ ਤੁਸੀਂ ਜਦੋਂ ਸ਼ਾਮ ਨੂੰ ਆਏ ਸੋ ਤੇ ਫਿਰ ਖਾਣਾ ਵਾਣਾ ਖਾਧਾ, ਰੈਸਟ ਕੀਤਾ, ਫਿਰ ਅਸੀਂ ਨਾਈਟ ਜਦੋਂ ਬੈਠੇ ਹਾਂ ਅਸੀਂ ਜੈਮ ਕੀਤਾ, ਗੀਤ ਗਾਏ ਮੁਖਲਿਫ, ਔਰ ਬੜਾ ਅੱਛਾ ਇੱਕ ਸਾਡੇ ਟਾਈਮ ਸਾਰਾ ਸੈਸ਼ਨ ਬੜਾ ਅੱਛਾ ਰਿਹਾ, ਬਹੁਤ ਜ਼ਿਆਦਾ ਯਾਦ ਆਉਂਦਾ ਹੈ ਕਿਉਂਕਿ ਹਾਂਜੀ ਕਿਉਂਕਿ ਅਸੀਂ ਲੇਟ ਨਾਈਟ ਤੱਕ ਜਾ ਕੇ, ਹਾਲਾਂਕਿ ਅਸੀਂ ਅਰਲੀ ਮਾਰਨਿੰਗ ਨਿਕਲਣਾ ਸੀ ਸ਼ੂਟ ਵਾਸਤੇ ਵੀ, ਇਸੇ ਤਰ੍ਹਾਂ ਹੀ ਤੇ ਉਹ ਇੱਕ ਬੜਾ ਜ਼ਬਰਦਸਤ ਕਿ ਸਾਨੂੰ ਇੱਕ ਅੱਛਾ ਟਾਈਮ ਸਪੈਂਡ ਹੋਇਆ, ਇੱਕ ਦੂਜੇ ਨੂੰ ਹਸੀ ਮਜ਼ਾਕ ਵੀ, ਫਿਰ ਉਹ ਤਾਂ ਚਲ ਦੋਸਤਾਂ 'ਚ ਚੱਲਦਾ ਹੈ ਨਾ, ਮੈਂ ਕਹਿੰਦਾ ਕਿ ਦੋਸਤ ਇਕੱਠੇ ਹੋਣ ਤੇ ਸ਼ੁਗਲ ਨਾ ਹੋਵੇ ਕਿਸ ਤਰ੍ਹਾਂ ਹੋ ਸਕਦਾ ਹੈ। ਔਰ ਜਿਹੜੀ ਇਰਫਾਨ ਬਾਈ ਮੈਨੂੰ ਸਭ ਤੋਂ ਅੱਛੀ ਗੱਲ ਲੱਗਦੀ ਹੈ, ਸਿਰਫ ਮੈਂ ਤੁਹਾਡੇ ਮੂੰਹ ਤੇ ਨਹੀਂ ਕਰ ਰਿਹਾ, ਮੈਂ ਦੂਸਰੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਕਿ ਤੁਹਾਡਾ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਨਾ ਤੁਹਾਡਾ ਕੰਮ ਦੇ ਵਿੱਚ, ਤੁਹਾਡੀ ਬੌਂਡਿੰਗ ਦੂਸਰੇ ਦੇ ਨਾਲ ਬੜੀ ਜਲਦੀ ਅੱਛੇ ਤਰੀਕੇ ਨਾਲ ਹੋ ਜਾਂਦੀ, ਚਾਹੇ ਕੋਈ ਨਵਾਂ ਵੀ ਆਰਟਿਸਟ ਹੈ, ਨਵਾਂ ਵਰਸ਼ਿਪਰ ਹੈ, ਜਾਂ ਕੋਈ ਵੀ ਕੋਈ ਵੀ ਐਕਸਵਾਈਜ਼ੀ ਕੋਈ ਵੀ ਆਉਂਦਾ, ਤੁਹਾਡੀ ਬੌਂਡਿੰਗ ਬੜੀ ਅੱਛੀ ਬਣ ਜਾਂਦੀ, ਤੁਸੀਂ ਬੜਾ ਅੱਛਾ ਗਾਈਡ ਕਰਦੇ ਹੋ, ਔਰ ਖੁਦਾਵੰਦ ਵੱਲੋਂ ਤੁਹਾਨੂੰ ਗਿਫਟ ਹੈ ਕਿ ਤੁਹਾਡੀ ਦੋਸਤੀ ਬੜੀ ਅੱਛੀ ਹੋ ਜਾਂਦੀ ਹੈ। ਸਰ ਇਹ ਤੁਹਾਡਾ ਤੁਹਾਡਾ ਪਿਆਰ ਹੈ, ਅਸੀਂ ਕੁਝ ਨਹੀਂ ਹੈਗੇ, ਅਸੀਂ ਵੀ ਜਦੋਂ ਫਸਟ ਟਾਈਮ ਮੁਲਾਕਾਤ ਕੀਤੀ ਸੀ ਤਾਂ ਜੇ ਫੀਲ ਹੀ ਨਹੀਂ ਸੀ, ਬਲਕਿ ਉਹ ਸਾਡਾ ਫਸਟ ਪ੍ਰੋਜੈਕਟ ਹੀ ਸੀ ਨਾ, ਇਸੇ ਤਰ੍ਹਾਂ ਸੀ। ਅੱਛਾ ਬਿਲਕੁਲ, ਪਹਿਲਾ ਪ੍ਰੋਜੈਕਟ ਸੀ। ਮੈਨੂੰ ਦੱਸੋ ਅਰੁਣ ਸਾਹਿਬ, ਸਾਡੇ ਜਿੰਨੇ ਫਸਟ ਟਾਈਮ ਮਿਲੇ, ਬਿਲਕੁਲ ਇਸ ਤਰ੍ਹਾਂ ਨਹੀਂ ਫੀਲ ਹੋਇਆ? ਅਰੁਣ ਸਾਹਿਬ ਮੈਨੂੰ ਇਹ ਦੱਸੋ ਕਿ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਜਿੰਨੇ ਵੀ ਭੈਣ ਭਰਾ ਨੇ, ਬੜਾ ਅੱਛਾ ਗਾ ਰਹੇ ਨੇ, ਉਹਦਾ ਸਾਰਿਆਂ ਨੂੰ ਬਰਕਤ ਦੇ ਔਰ ਆਪਣੀ ਆਪਣੀ ਜਗ੍ਹਾ ਤੇ ਹਰ ਬੰਦਾ ਅੱਛੀ ਗੱਲ ਕਰੇ। ਮੈਨੂੰ ਹੋਰ ਯਾਦ ਆ ਗਈ, ਕਰੋ ਕਰੋ ਕਰੋ, ਇੱਕ ਗੱਲ ਮੈਨੂੰ ਹੋਰ ਯਾਦ ਆ ਗਈ, ਸੌਰੀ ਫੋਰ ਇੰਟਰਪਟ, ਮੈਨੂੰ ਕਾਲੇ ਖਾਂ ਦੀ ਚਾਹ, ਮੈਂ ਬੇਸਿਕਲੀ ਉਹੀ ਪੁੱਛਣਾ ਚਾਹ ਰਿਹਾ ਸਾਂ, ਮੈਂ ਬਿਲਕੁਲ ਉਹੀ ਪੁੱਛਣਾ ਚਾਹ ਰਿਹਾ ਸਾਂ, ਮੈਨੂੰ ਯਾਦ ਆ ਗਈ, ਉਹ ਤਸਵੀਰਾਂ ਹਾਲੇ ਤੱਕ ਮੇਰੇ ਕੋਲ ਪਈਆਂ ਨੇ। ਉਹ ਇੱਕ ਬੜਾ ਅੱਛਾ ਸਾਡਾ ਹੈਪੀ ਮੂਮੈਂਟ ਰਿਹਾ ਸੀ, ਔਰ ਉਸ ਵਕਤ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਹਾਂ, ਔਰ ਲੇਟ ਨਾਈਟ ਅਸੀਂ ਜਦੋਂ ਕੰਮ ਕਰਦੇ ਹਾਂ ਸਰ, ਵਾਕਈ ਕਦੀ 2 ਵਜੇ ਕਦੀ 3 ਵਜੇ ਅਸੀਂ ਉੱਠ ਕੇ ਜਦੋਂ ਜਦੋਂ ਕਰਦੇ ਸੀ, ਉਹ ਕਾਲੇ ਖਾਨ ਸਾਹਿਬ ਦੀ ਚਾਹ ਚਾਹੇ ਸਾਨੂੰ ਯਾਦ ਆ ਜਾਂਦੀ ਸੀ, ਪੀਣ ਚਲੇ ਜਾਂਦੇ ਸਾਂ। ਚਾਹੇ ਖਾਨਾ ਇੱਕ ਜਗ੍ਹਾ ਸੀ, ਉਹਦੇ ਨਾਲ ਇੱਕ ਕਾਲੇ ਖਾਨ ਦੀ ਚਾਹੇ ਦਾ ਇੱਕ ਢਾਬਾ, ਇੱਕ ਲੇਕਿਨ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਸੀ, ਇੱਕ ਵੱਡਾ ਜਿਹਾ ਉਹਦਾ ਪਤੀਲਾ ਸੀ, ਦੁੱਧ ਦਾ ਪਤਾ ਨਹੀਂ ਇੰਨਾ ਦੁੱਧ ਕਿੱਥੋਂ ਲੈਂਦਾ ਸੀ, ਲੇਕਿਨ ਬਾਕੀ ਉਹਦੀ ਚਾਹੇ ਬਹੁਤ ਮਜ਼ੇ, ਉਹ ਜਿੱਡਾ ਉਹਦਾ ਪਤੀਲਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਸਵੇਰ ਉਹ ਬਿਰਿਆਨੀ ਬਣਾਉਂਦਾ ਤੇ ਸ਼ਾਮ ਨੂੰ ਉਹਦੇ ਚ ਚਾਹ ਬਣਾ ਲੈਂਦਾ। ਜੀ ਜੀ, ਨਾਲ ਜਿਹੜੇ ਤੁਸੀਂ ਮੈਨੂੰ ਚਾਹੇ ਦੇ ਨਾਲ ਕਾਜੂ ਔਰ ਬਦਾਮ ਔਰ ਸਾਰੇ ਪਿਸਤਾ ਵਗੈਰਾ ਤੁਸੀਂ ਫਟੀਕ ਪਾਈ ਸੀ ਨਾ, ਉਹ ਇਹਨਾਂ ਨੂੰ ਬੜੀ ਫਟੀਕ ਹੁੰਦੀ ਹੈ, ਮੈਨੂੰ ਦੱਸੋ ਕਦੀ 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 ਭੁੱਲ ਸਕਦੀ? ਤੁਕਰੇ ਖੁਦਾਵੰਦ ਅਸੀਂ ਬੜੀ, ਜੀ ਜੀ ਅਸੀਂ ਬੜੇ ਘੱਟ ਅਰਸੇ 'ਚ ਬੜੀ ਖੂਬਸੂਰਤ ਯਾਦਾਂ ਬਣਾਈਆਂ, ਫਿਰ ਖੁਦਾਵੰਦ ਨੇ ਤੁਹਾਨੂੰ ਬਲੈਸ ਕੀਤਾ, ਤੁਹਾਡੀ ਖਿਦਮਤ ਵਧੀ, ਤੁਸੀਂ ਦੁਬਈ ਚਲੇ ਗਏ, ਲੇਕਿਨ ਉਹ ਮੁਹੱਬਤ ਔਰ ਪਿਆਰ ਅੱਜ ਵੀ ਹੁੰਦੀ ਹੈ ਸਾਰਿਆਂ ਨਾਲ, ਜਦੋਂ ਅਸੀਂ ਬਿਲਕੁਲ ਜਦੋਂ ਅਸੀਂ ਯਾਦ ਕਰਦੇ ਹਾਂ ਆਟੋਮੈਟਿਕਲੀ ਸਾਡੇ ਚਿਹਰੇ ਤੇ ਸਮਾਈਲਾਂ ਜਿਹੜੀਆਂ ਆ ਜਾਂਦੀਆਂ ਨੇ, ਔਰ ਉਹ ਵਕਤ ਯਾਦ ਕਰਕੇ ਬੜਾ ਅੱਛਾ ਲੱਗਦਾ। ਸਰ ਤੁਹਾਡੇ ਪਿਆਰ ਲਈ ਬਹੁਤ ਬਹੁਤ ਸ਼ੁਕਰੀਆ, ਮੈਂ ਤੁਹਾਨੂੰ ਬਗੈਰ ਦੱਸਿਆਂ ਕਾਲ ਕਰ ਮਾਰੀਏ,
ਔਰ ਤੁਸੀਂ ਮੇਰੀ ਇੱਜ਼ਤ ਰੱਖ ਲਈ, ਕਾਲ ਮੈਂ ਨਾ ਉਹੀ ਤੁਸੀਂ ਕਹਿ ਰਿਹਾ ਚੁੱਕਦੇ। ਕਿ ਅੱਜ ਤੇ ਤੁਸੀਂ ਬਹੁਤ ਵੱਡਾ ਸਰਪ੍ਰਾਈਜ਼, ਮੈਂ ਕਿਹਾ ਜੇ ਅੱਜ ਤੇ ਤੁਸੀਂ ਬਹੁਤ ਜੇ ਵੱਡਾ ਜੇ ਸਰਪ੍ਰਾਈਜ਼ ਮੈਂ ਕਿਹਾ ਮੈਂ ਕਾਲ ਮੇਰੀ ਤੁਸੀਂ ਨਾ ਚੁੱਕਦੇ ਤੇ ਬਾਅਦ 'ਚ ਭਾਵੇਂ ਗਿਲੇ ਹੁੰਦੇ, ਲੇਕਿਨ ਇੱਕ ਵਾਰੀ ਮੇਰੀ ਮੇਰੀ ਜਿਹੜੀ ਸੀ ਉਹ ਮੇਰੇ ਦੋਸਤਾਂ ਦੇ ਨਾਲ ਜਿਹੜੇ ਦੇਖ ਰਹੇ ਉਹਨਾਂ ਨੇ ਕਹਿਣਾ ਸੀ ਯਾਰ ਇਹ ਮੇਰਾ ਬੜਾ ਯਾਰ ਯਾਰ ਕਹਿ ਰਿਹਾ, ਫੋਨ ਹੀ ਨਹੀਂ ਚੁੱਕਦੇ। ਆਈਡੀਆ ਨਹੀਂ ਸੀ ਕਿ ਤੁਸੀਂ ਸ਼ੋਅ ਵੀ ਨਾਲ ਕਰ ਰਹੇ ਹੋ। ਅਸੀਂ ਬੇਸਿਕਲੀ ਬੜਾ ਜੀ ਇੱਥੇ ਜਦੋਂ ਫ੍ਰੀ ਹੁੰਦੇ ਹਾਂ, ਥੈਂਕ ਯੂ ਸੋ ਮਚ ਫੋਰ ਕਾਲਿੰਗ। ਇੱਥੇ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ, ਮੈਂ ਕਿਹਾ ਚਲੋ ਪੋਡਕਾਸਟ ਤੋਂ ਜਿਸ ਟਾਈਮ ਅਸੀਂ ਫ੍ਰੀ ਹੁੰਦੇ ਹਾਂ ਅਤੇ ਜਿਹੜੇ ਸਾਡੇ ਜਿੰਨੇ ਵੀ ਵਰਸ਼ੀਵਰ ਭੈਣ ਭਰਾ ਪਾਕਿਸਤਾਨ ਤੋਂ ਇੱਥੇ ਆਉਂਦੇ ਨੇ ਜਾਂ ਇੰਡੀਆ ਤੋਂ ਆਉਂਦੇ ਨੇ ਜਾਂ ਆਲਰੇਡੀ ਜਿਹੜੇ ਇੱਥੇ ਹੈ ਨੇ, ਉਹਨਾਂ ਨੂੰ ਅਸੀਂ ਬੁਲਾਉਂਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜ਼ਿੰਦਗੀ ਦੇ ਵਿੱਚ ਅਸੀਂ ਆਏ ਤਾਂ ਸਾਰੇ ਇੱਥੇ ਪ੍ਰਦੇਸ਼ ਕੰਮ ਕਰਨਾ, ਲੇਕਿਨ ਇੱਕ ਵਕਤ ਇੱਕ ਐਸਾ ਅੱਛਾ ਸੀ ਗੁਜ਼ਾਰ ਲਈਦਾ ਕਿ ਉਹ ਹੈਪੀ ਮੂਮੈਂਟ ਸਾਨੂੰ ਯਾਦ ਰਹਿ ਜਾਂਦੇ ਨੇ, ਕੋਈ ਟੈਨਸ਼ਨਾਂ ਮੁਸ਼ਕਲਾਂ ਹੁੰਦੀਆਂ ਨੇ ਉਹ ਅਸੀਂ ਦੂਜੇ ਨਾਲ ਵੰਡ ਕੇ ਅਤੇ ਹਾਂਜੀ ਜੀ ਜੀ ਕਰੋ ਕਰੋ ਗੱਲ। ਬਹੁਤ ਅੱਛਾ ਤੁਸੀਂ, ਬਹੁਤ ਅੱਛਾ ਤੁਸੀਂ ਇਨੀਸ਼ੀਏਟਿਵ ਲਿਆ, ਬੜੀ ਅੱਛੀ ਮੈਨੂੰ ਤੁਹਾਡੀ ਇਹ ਗੱਲ ਲੱਗਦੀ ਕਿ ਤੁਸੀਂ ਹਮੇਸ਼ਾ ਕ੍ਰੀਏਟਿਵ ਮਾਇੰਡ ਰੱਖਦੇ ਹੋ, ਕ੍ਰੀਏਟਿਵ ਚੀਜ਼ਾਂ ਕਰਦੇ ਹੋ, ਔਰ ਸਪੈਸ਼ਲੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਮੈਨੂੰ ਪਰਸਨਲੀ ਤੁਹਾਡਾ ਪ੍ਰੋਗਰਾਮ ਬੜਾ ਹੀ ਅੱਛਾ ਲੱਗਦਾ, ਈਵਨ ਜਦੋਂ ਤੁਸੀਂ ਕੰਪੇਨ ਕਰ ਰਹੇ ਸੀਗੇ ਤਾਂ ਨਾਂ ਦੱਸੋ ਸਾਰੇ, ਅਤੇ ਮੈਂ ਵੀ ਬੜੀਆਂ ਚੀਜ਼ਾਂ ਸੋਚ ਕੇ ਬੈਠਾ ਸਾਂ, ਲੇਕਿਨ ਇਹ ਵੇਖੇ ਬਹੁਤ ਖੂਬਸੂਰਤ ਤੁਸੀਂ ਨਾਂ ਵੀ ਰੱਖਿਆ ਔਰ ਸ਼ੋਅ ਬੜਾ ਅੱਛਾ ਹੈ। ਮੈਂ ਭਾਈ ਰੰਧਾਵਾ ਸਾਹਿਬ ਦਾ ਉਹਨਾਂ ਦਾ ਮੈਂ ਪ੍ਰੋਗਰਾਮ ਦੇਖਿਆ, ਬੜਾ ਮਜ਼ਾ ਆਇਆ ਉਹਨਾਂ ਤੁਹਾਡੀ ਗੱਪਸ਼ਪ, ਈਵਨ ਕਿ ਬਹੁਤ ਚਿਹਰੇ ਤੇ ਸਮਾਈਲਾਂ ਵੀ ਆਈਆਂ। ਉਹ ਸਾਡੀ ਗੱਲ ਫਿਰ ਅਸੀਂ ਕੋਈ ਪ੍ਰਦੇਸ਼ ਹੋਰ ਕੀ ਕਰ ਸਕਨੇ ਸਾਂ, ਖੁਦਾਵੰਦ ਉਹਨਾਂ ਦੇ ਨਾਲ ਹੋਵੇ। ਬਹੁਤ ਅੱਛੇ ਵਰਸ਼ਿਪਰ ਨੇ, ਬੜਾ ਅੱਛਾ ਹੈ ਕੰਪੋਜ਼ਰ ਨੇ ਔਰ ਬੜਾ ਜ਼ਬਰਦਸਤ ਕੰਮ ਕਰ ਰਹੇ ਨੇ, ਔਰ ਬਹੁਤ ਸਾਰਾ ਤੁਸੀਂ ਜੋ ਇਨੀਸ਼ੀਏਟਿਵ ਲੈਂਦੇ ਹੋ ਮੈਂ ਕਹਿੰਦਾ ਕਿ ਬੜਾ ਜ਼ਬਰਦਸਤ ਹੈ ਸਾਡੇ ਸਾਰੇ ਮਨ ਬਹੁਤ ਤੇ, ਬਹੁਤ ਜਿੰਨੇ ਲੋਕ ਸਾਨੂੰ ਸੁਣ ਤੁਹਾਡੇ ਰਹੇ ਨੇ ਸਾਰੇ ਦੇਖ ਰਹੇ ਪਿਆਰ ਨੇ ਲਈ, ਤੁਹਾਡੀ ਸਾਰੀ ਮੁਹੱਬਤ ਲਈ। ਮੈਨੂੰ ਜਾਂਦਿਆਂ ਜਾਂਦਿਆਂ ਸਿਰਫ ਇੱਕ ਚੀਜ਼ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਤੁਸੀਂ ਯੂਥ 'ਤੇ ਕੰਮ ਕਰਦੇ ਹੋ, ਜਿੰਨੇ ਵੀ ਸਾਡੇ ਇਸ ਟਾਈਮ ਸਾਨੂੰ ਭੈਣ ਭਰਾ ਸਾਡੇ ਸੁਣ ਰਹੇ ਨੇ, ਪਾਕਿਸਤਾਨ 'ਚ ਸੁਣ ਰਹੇ ਨੇ ਜਾਂ ਇੰਡੀਆ ਤੋਂ ਸੁਣ ਰਹੇ ਨੇ, ਬੇਸਿਕਲੀ ਸਾਡੇ ਪੰਜਾਬ 'ਚ ਤੁਹਾਨੂੰ ਪਤਾ ਹੈ ਚੜ੍ਹਦੇ ਪੰਜਾਬ 'ਚ ਬੜੇ ਅੱਛੇ ਸਾਰਿਆਂ ਦੇ ਨਾਲ ਰਿਲੇਸ਼ਨ ਨੇ। ਪੰਜਾਬੀ ਦੇ ਵਿੱਚ ਪ੍ਰੋਗਰਾਮ ਕਰਨ ਦਾ ਅਸਲ ਮਕਸਦ ਵੀ ਸਿਰਫ ਇਹ ਸੀ ਕਿ ਸਾਡੇ ਉੱਧਰ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਜਦੋਂ ਅਸੀਂ ਇਨਵਾਈਟ ਕਰੀਏ ਤਾਂ ਸਾਡੇ ਨਾਲ ਅੱਛੇ ਤਰੀਕੇ ਨਾਲ ਉਹ ਗੱਲਬਾਤ ਕਰ ਸਕਣ। ਮੈਂ ਚਾਹਾਂਗਾ ਜਿੰਨੀ ਸਾਡੀ ਯੂਥ ਇਸ ਟਾਈਮ, ਕਿਉਂਕਿ ਤੁਸੀਂ ਯੂਥ 'ਤੇ ਕੰਮ ਕਰ ਰਹੇ ਹੋ, ਮੈਂ ਚਾਹਾਂਗਾ ਕੋਈ ਇੱਕ ਐਸਾ ਮੈਸੇਜ ਤੁਸੀਂ ਸ਼ੋਰਟਲੀ ਉਹਨਾਂ ਨੂੰ ਮੈਸੇਜ ਦਿਓ ਕਿ ਐਸਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਡਿਊਰਿੰਗ ਵਰਸ਼ਿਪ ਜਾਂ ਵਰਸ਼ਿਪ ਕਰਦਿਆਂ ਹੋਇਆਂ, ਜਾਂ ਐਸੀ ਕਿਸ ਚੀਜ਼ ਦੀ ਉਹਨਾਂ ਨੂੰ ਨੌਲੇਜ ਹੋਣਾ ਬੜੀ ਜ਼ਰੂਰੀ ਹੈ ਵਰਸ਼ਿਪ ਕਰਦਿਆਂ ਹੋਇਆਂ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਸਾਡੇ ਜਿੰਨੇ ਭੈਣ ਭਰਾ ਇਸ ਟਾਈਮ ਸੁਣ ਰਹੇ ਨੇ ਉਹ ਸਾਡੇ ਨਾਲ ਨੇ, ਮੈਂ ਚਾਹਾਂਗਾ ਤੁਸੀਂ ਉਹਨਾਂ ਦੇ ਨਾਲ ਜੋ ਗੱਲ ਕਰਨਾ ਚਾਹੋ ਥਰੂ ਮੈਸੇਜ ਕਰ ਸਕਦੇ ਹੋ। ਜੀ ਥੈਂਕ ਯੂ ਸੋ ਮਚ। ਮੈਂ ਯੂਥ ਨਾਲ ਇਹ ਗੱਲ ਕਰਨਾ ਚਾਹਾਂਗਾ ਕਿ ਤੁਸੀਂ ਕੋਈ ਵੀ ਸਕਿੱਲਸ ਰੱਖਦੇ ਹੋ, ਕੋਈ ਵੀ ਤੁਹਾਡੇ ਅੰਦਰ ਟੈਲੈਂਟ ਹੈ, ਤੁਸੀਂ ਉਹਦੇ ਤੇ ਮਿਹਨਤ ਕਰੋ, ਉਹਨੂੰ ਸ਼ਾਈਨ ਕਰੋ, ਉਹਨੂੰ ਦਬਾਅ ਨਾ ਦਵੋ ਕਿਸੇ ਵਜ੍ਹਾ ਤੋਂ। ਅਕਸਰ ਉਕਾਰ ਸਾਡੇ ਲੋਕਾਂ ਦਾ ਮਸਲਾ ਹੈ ਵੇ ਕਿ ਫਾਈਨਾਂਸ ਨਾ ਹੋਣ ਦੀ ਵਜ੍ਹਾ ਤੋਂ, ਫਾਈਨੈਂਸ਼ਲੀ ਡਾਊਨ ਹੋਣ ਦੀ ਵਜ੍ਹਾ ਤੋਂ ਉਹ ਆਪਣੀ ਉਸ ਸਕਿੱਲ ਤੋਂ ਹਮੇਸ਼ਾ ਹਮੇਸ਼ਾ ਵਾਸਤੇ ਦੂਰ ਹੋ ਜਾਂਦੇ ਨੇ। ਤੇ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਮੋਟੋ ਵੀ ਇਹ ਕਿ ਦੋ ਚੀਜ਼ਾਂ ਤੇ ਕੰਮ ਕਰੋ, ਇੱਕ ਆਪਣੀ ਸਕਿੱਲਸ ਤੇ ਕੰਮ ਕਰੋ, ਬਿਲਕੁਲ ਤੁਸੀਂ ਆਪਣਾ ਬਿਜ਼ਨਸ ਕਰੋ, ਛੋਟੇ ਤੋਂ ਛੋਟਾ ਕੋਈ ਵੀ ਇਨੀਸ਼ੀਏਟਿਵ ਲਵੋ, ਤੁਸੀਂ ਸਟਾਰਟ ਲਵੋ, ਸਿੱਖੋ ਉਹਨੂੰ ਬਕਾਇਦਾ, ਉਹਦੀ ਤਾਲੀਮ ਹਾਸਲ ਕਰੋ, ਤਾਂ ਕਿ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋਵੋ। ਜੋ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋਵੋਗੇ ਤੇ ਆਟੋਮੈਟਿਕਲੀ ਚੀਜ਼ਾਂ ਜਿਹੜੀਆਂ ਨੇ ਨਾ ਉਹ ਅੱਛੀ ਅੱਛੇ ਅੱਛੇ ਰਸਤੇ ਦੇ ਤੁਸੀਂ ਪੈ ਜਾਓਗੇ ਤੇ ਬੜੀਆਂ ਸਮੂਥ ਹੋਣਗੀਆਂ। ਇੱਕ ਬੜੀ ਪੰਜਾਬੀ ਦੀ ਜ਼ਬਰਦਸਤ ਮਿਸਾਲ ਮੇਰੇ ਰੇਂਜ ਆ ਗਈ ਕਿ ਜਦੋਂ ਇਨਸਾਨ ਦੀ ਜੇਬ ਭਰੀ ਹੁੰਦੀ ਹੈ ਨਾ ਤੇ ਉਹਦੇ ਰਸਤੇ ਵੀ ਆਸਾਨ ਹੋ ਜਾਂਦੇ ਨੇ, ਤੇ ਜੇਬ ਉਦੋਂ ਹੀ ਭਰੇਗੀ ਜਦੋਂ ਤੁਸੀਂ ਆਪਣੀ ਸਕਿੱਲ ਤੇ ਕੰਮ ਕਰੋਗੇ। ਔਰ ਸਭ ਤੋਂ ਵੱਡੀ ਗੱਲ ਵਰਸ਼ਿਪ ਦੀ ਗੱਲ ਹੋ ਰਹੀ ਹੈ, ਵਰਸ਼ਿਪ ਅਗਰ ਕੋਈ ਕਰਨਾ ਚਾਹੁੰਦਾ ਹੈ, ਵਰਸ਼ਿਪ ਕੋਈ ਨੋਰਮਲ ਚੀਜ਼ ਨਹੀਂ ਹੈ, ਮਤਲਬ ਇੱਕ ਆਮ ਸਿੰਗਿੰਗ ਨਹੀਂ ਹੈ, ਵਰਸ਼ਿਪ ਇੱਕ ਲਾਈਫ ਸਟਾਈਲ ਦਾ ਨਾਂ ਹੈ, ਵਰਸ਼ਿਪ ਤੁਹਾਡੀ ਇੱਕ ਜੌਬ ਹੈ, ਤੁਸੀਂ ਉਹਨੂੰ ਆਪਣੇ ਦਿਲ ਤੋਂ ਕਰਨਾ ਹੈ, ਆਪਣੇ ਮੂੰਹ ਤੋਂ ਕਰਨਾ ਹੈ। ਇੱਕ ਜ਼ਿੰਮੇਦਾਰੀ ਸਭ ਤੋਂ ਵੱਡੀ ਗੱਲ,
ਜੀ, ਔਰ ਸਭ ਤੋਂ ਵੱਡੀ ਗੱਲ, ਤੁਹਾਨੂੰ ਵਰਸ਼ਿਪ ਕਰਨ ਤੋਂ ਪਹਿਲੇ ਇੱਕ ਅਰਸਾ ਦੁਆ ਦੇ ਵਿੱਚ ਗੁਜ਼ਾਰਨਾ ਪੈਂਦਾ ਹੈ। ਫਿਰ ਤੁਸੀਂ ਖੁਦਾਵੰਦ ਕੋ ਜਦੋਂ ਤੁਹਾਨੂੰ ਕਾਲਿੰਗ ਹੁੰਦੀ ਹੈ ਫਿਰ ਤੁਸੀਂ ਵਰਸ਼ਿਪ ਕਰੋ। ਹਾਲਾਂਕਿ ਵਰਸ਼ਿਪ ਕੋਈ ਵੀ ਕਰ ਸਕਦਾ, ਹਰ ਕਿਸੇ ਦਾ ਹੱਕ ਹੈ ਉਹ ਖੁਦਾਵੰਦ ਦੀ ਪ੍ਰਸਤਿਸ਼ ਕਰ ਸਕਦਾ, ਲੇਕਿਨ ਜਦੋਂ ਤੁਸੀਂ ਬਕਾਇਦਾ ਤੌਰ ਤੇ ਖੁਦਾਵੰਦ ਦੀ ਵਰਸ਼ਿਪ ਕਰਦੇ ਹੋ ਔਰ ਬਕਾਇਦਾ ਤੌਰ ਤੇ ਇਨੀਸ਼ੀਏਟਿਵ ਲੈਂਦੇ ਆਪਣੇ ਆਪ ਨੂੰ ਦੇ ਦਿੰਦੇ ਹੋ, ਰੱਬ ਨੂੰ ਦੇ ਦਿੰਦੇ ਹੋ, ਬਿਲਕੁਲ ਬਿਲਕੁਲ। ਤੇ ਉਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਦੁਆ ਰੋਜ਼ੇ 'ਚ ਰੱਖੋ ਤਾਂ ਕਿ ਖੁਦਾਵੰਦ ਤੁਹਾਡੇ ਉੱਤੇ ਆਪਣਾ ਫਜ਼ਲ ਕਰੇ, ਆਪਣਾ ਕਰਮ ਕਰੇ। ਔਰ ਤੁਸੀਂ ਦੇਖੋ ਈਵਨ ਕਿ ਮੈਂ ਖੁਦ ਪਰਸਨਲੀ ਇਹ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਇਆ ਕਿ ਕਿਉਂਕਿ ਮੈਂ ਜਦੋਂ ਰਿਕਾਰਡਿੰਗ 'ਤੇ ਵੀ ਜਾਂਦਾ ਵਾਂ, ਮੈਂ ਮਾਈਕ ਦੇ ਸਾਹਮਣੇ ਜਾਣ ਤੋਂ ਪਹਿਲੇ ਜਦੋਂ ਦੁਆ ਕਰਨਾ, ਔਰ ਯਕੀਨ ਮੰਨੋ ਇੱਕ ਮੇਰੀ ਬੜੀ ਜ਼ਬਰਦਸਤ ਟੈਸਟਮਨੀ ਕਿ ਮੇਰੇ ਗੁਮਾਨ 'ਚ ਵੀ ਨਹੀਂ ਹੁੰਦਾ ਕਿ ਜਿਹੜੇ ਜਿਹੜੇ ਸੁਰ ਜਾਂ ਜਿਹੜੀ ਜਿਹੜੀ ਵੈਰੀਏਸ਼ਨਸ ਖੁਦਾ ਉਸੇ ਟਾਈਮ ਮੁਹੱਈਆ ਕਰਦਾ। ਇਹ ਗੀਤ ਸੀ ਮੇਰਾ ਏਲੀ ਏਲੀ ਲਮਾ ਸ਼ਬਕਤਨੀ, ਮੈਂ ਸਮਝ ਲਓ ਕਿ ਵਨ ਟੇਕ ਕੀਤਾ ਸੀ ਔਰ ਉਹਦੀ ਵੈਰੀਏਸ਼ਨ ਇੰਨੀਆਂ ਕੋ ਮੁਸ਼ਕਲ ਸਨ ਜਿਹੜੀਆਂ ਹੁਣ ਮੇਰੇ ਕੋਲ ਲਾਈਵ ਨਹੀਂ ਲੱਗਦੀਆਂ। ਉਹ ਸਿਰਫ ਖੁਦਾਵੰਦ ਦਾ ਫਜ਼ਲ ਹੈ, ਖੁਦਾ ਦਾ ਖਾਸ ਕਰਮ ਹੈ, ਰੂਹ ਕੁਦਸ ਕੰਮ ਕਰ ਰਿਹਾ ਹੁੰਦਾ। ਜਦੋਂ ਤੁਸੀਂ ਆਪਣੇ ਆਪ ਨੂੰ ਖੁਦਾਵੰਦੀ ਹਵਾਲੇ ਕਰ ਦਿੰਦੇ ਹੋ, ਰੂਹ ਕੁਦਸ ਦੇ ਹਵਾਲੇ ਕਰ ਦਿੰਦੇ ਹੋ, ਤੇ ਹੋਰ ਖੁਦਾ ਤੁਹਾਨੂੰ ਖੁਦਾ ਦਾ ਰੂਹ ਐਸਾ ਗਾਈਡ ਕਰਦਾ ਤੁਹਾਡੇ ਗੁਮਾਨ 'ਚ ਵੀ ਨਹੀਂ ਹੁੰਦਾ ਕਿ ਇਹ ਕੀ ਹੋ ਗਿਆ। ਇਸ ਤੋਂ ਵਰਸ਼ਿਪਰ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਮੁਕੰਮਲ ਤੌਰ 'ਤੇ ਖੁਦਾ ਨੂੰ ਦੇਵੇ। ਔਰ ਅਗਰ ਕੋਈ ਸਕਿੱਲਸ ਰੱਖਦਾ, ਕੋਈ ਮੁਖਤਲਿਫ ਕਿਸਮ ਦੇ ਕੋਈ ਸਾਡੀ ਯੂਥ 'ਚ ਕੋਈ ਵੀ ਕੰਮ ਕਰ ਰਿਹਾ, ਬਹੁਤ ਜ਼ਰੂਰੀ ਹੈ ਕਿ ਉਹਦੇ 'ਤੇ ਕੰਮ ਕਰਨਾ। ਬਿਲਕੁਲ, ਜਿਵੇਂ ਸਾਡੇ ਤੋਂ ਬਹੁਤ ਵੱਡੀ ਮਿਸਾਲ, ਮੈਂ ਆਨਲਾਈਨ ਜਿਹੜਾ ਸਾਰਿਆਂ ਦੇ ਸਾਹਮਣੇ, ਬਹੁਤ ਸਾਰੇ ਲੋਕ ਸੁਣ ਰਹੇ ਨੇ, ਮੈਂ ਇਹ ਮਿਸਾਲ ਦੇ ਸਕਦਾ ਕਿ ਇਰਫਾਨ ਜੁਗਨੂ ਭਾਈ, ਇਹਨਾਂ ਨੇ ਬਹੁਤ ਛੋਟੇ ਲੈਵਲ ਤੋਂ, ਛੋਟੇ ਜਿਹੇ ਏਰੀਆ ਤੋਂ ਸ਼ੁਰੂ ਕੀਤਾ, ਔਰ ਖੁਦਾ ਦੇ ਫਜ਼ਲ ਨਾਲ ਜੀ ਖੁਦਾ ਨੇ ਕਿੰਨਾ ਸਰਫਰਾਜ਼ ਕੀਤਾ ਕਿ ਉਹ ਦੁਬਈ 'ਚ ਬੈਠੇ ਨੇ ਔਰ ਉੱਥੇ ਆਪਣਾ ਆਈਜੀ ਪ੍ਰੋਡਕਸ਼ਨ ਚਲਾ ਰਹੇ ਨੇ। ਔਰ ਮੈਂ ਸ਼ੁਕਰੇ ਤੁਸੀਂ ਇਹ ਨਹੀਂ ਕਹਿ ਦਿੱਤਾ ਕਿ ਤੇ ਬਹੁਤ ਹੀ ਛੋਟੇ ਸਨ, ਬਿਲਕੁਲ ਇੱਕ ਇੱਕ ਏਰੀਆ 'ਚ ਨਿਕਲ ਕੇ ਲਾਹੌਰ ਆਣਾ, ਲਾਹੌਰ 'ਚ ਸਟਰਗਲ ਕਰਨਾ। ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਤੁਹਾਡੀ ਕਹਾਣੀ ਨੂੰ ਜਾਣਦੇ ਨੇ, ਬੜੀ ਵੱਡੀ ਇੰਸਪਾਇਰੇਸ਼ਨ ਹੈ ਯੂਥ ਵਾਸਤੇ ਕਿ ਕਿਸ ਤਰ੍ਹਾਂ ਤੁਸੀਂ ਮਿਹਨਤ ਕੀਤੀ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਮੈਂ ਯੂਥ ਨੂੰ ਕਹਾਂਗਾ ਕਿ ਮਿਹਨਤ ਦਾ ਫਲ ਮਿਲਦਾ ਹੀ ਮਿਲਦਾ ਜੇ, ਖੁਦਾ ਕਦੀ ਵੀ ਇਨਸਾਨ ਦੀ ਮਿਹਨਤ ਨੂੰ ਜ਼ਾਇਆ ਨਹੀਂ ਹੋਣ ਦਿੰਦਾ। ਬਿਲਕੁਲ, ਖੁਦਾ ਦਾ ਵਕਤ ਤੇ ਵਕਤ ਤੇ ਸਰਫਰਾਜ਼ੀ ਮਿਲਦੀ ਹੈ। ਬਿਲਕੁਲ, ਸੱਚੇ ਦਿਲ ਨਾਲ ਖੁਦਾ ਦੇ ਨਾਲ ਲੱਗੇ ਰਹੋ, ਖੁਦਾ ਦੇ ਨਾਲ ਹਜ਼ੂਰ 'ਚ ਆਓ, ਔਰ ਦੁਆ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਕਾਇਮ ਕਰ ਲਓ ਮੁਕੰਮਲ ਤੌਰ 'ਤੇ ਕਿ ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਵਾਹ ਵਾਹ, ਬੜੀਆਂ ਅੱਛੀਆਂ ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਅਰੁਣ ਸਾਹਿਬ। ਮੈਂ ਚਾਹਾਂਗਾ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਬੰਦਾ ਸੁਰੀਲਾ ਹੋਵੇ ਅਤੇ ਕੋਈ ਸੁਣਾਏ ਨਾ, ਮੈਂ ਚਾਹਾਂਗਾ ਜਾਂਦਿਆਂ ਜਾਂਦਿਆਂ ਸਾਨੂੰ ਇੱਕ 27 ਅੰਤਰਾ ਸਾਨੂੰ ਲਾਜ਼ਮੀ ਸੁਣਾਓ। ਔਰ ਬੜਾ ਖੂਬਸੂਰਤ ਇੱਕ ਗੀਤ ਸੀ ਤੁਹਾਡਾ, ਬੜਾ ਵਾਇਰਲ ਹੋਇਆ ਟਿਕਟੋਕਸ 'ਤੇ ਯਾਰ ਇੱਧਰ ਉੱਧਰ, ਮੈਂ ਨਾ ਐਸੀਆਂ ਐਸੀਆਂ ਰੀਲਸ ਉਹਦੀਆਂ ਅਸੀਂ ਦੇਖੀਆਂ। ਔਰ ਮੈਂ ਚਾਹਾਂਗਾ ਤੁਸੀਂ ਅਗਰ ਸਾਡੇ ਨਾਲ ਅੱਜ ਸਾਂਝਾ ਕਰੋ, ਬੇਸ਼ੱਕ ਟਾਈਮ ਰਾਤ ਦਾ ਹੈ ਲੇਕਿਨ ਗੀਤ ਸੁਬਹਾ ਸੁਬਹਾ ਦਾ ਹੈ, ਮੈਂ ਇਹ ਚਾਹਾਂਗਾ ਤੁਸੀਂ ਸਾਨੂੰ ਸੁਣਾਓ ਅਤੇ ਫਿਰ ਉਸ ਤੋਂ ਬਾਅਦ ਅਸੀਂ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਔਰ ਤੁਹਾਨੂੰ ਅਸੀਂ ਗੁੱਡ ਬਾਏ ਕਹਾਂਗੇ, ਖੁਦਾ ਹਾਫਿਜ਼ ਕਹਾਂਗੇ, ਰੱਬ ਰਾਖਾ ਕਹਾਂਗੇ। ਅਰੁਣ ਸਾਹਿਬ ਸੁਣਦੇ ਨੇ, ਜੀ ਇਸ ਤੋਂ ਪਹਿਲੇ ਕਿ ਮੈਂ ਨਯਾ ਦਿਨ ਗੀਤ ਸੁਣਾਵਾਂ, ਇੱਕ ਬੜਾ ਜ਼ਬਰਦਸਤ ਗੀਤ ਹੈ ਜਿਹੜਾ ਕੁਝ ਦਿਨਾਂ ਤੱਕ ਰਿਲੀਜ਼ ਹੋਣ ਵਾਲਾ ਹੈ, ਤੇ ਮੈਂ ਜ਼ਰੂਰ ਤੁਸੀਂ ਦੱਸੋ ਇਹ ਬਾਰੇ, ਜ਼ਰੂਰ ਸ਼ੇਅਰ ਕਰਾਂ, ਜ਼ਰੂਰ ਤੁਸੀਂ ਉਹਦੇ ਬਾਰੇ ਦੱਸੋ ਕਿ ਕਿਦੋਂ ਆ ਰਿਹਾ ਪ੍ਰੋਗਰਾਮ ਹੋਏਗਾ ਜਿਹਨੂੰ ਮੈਂ ਰਿਲੀਜ਼ ਹੋਣ ਤੋਂ ਪਹਿਲੇ ਸੁਣਾ ਰਿਹਾ ਹਾਂ। ਸਰ ਤੁਸੀਂ ਸਾਡੇ ਨਾਲ ਸ਼ੇਅਰ ਕਰੋ, ਸਾਰੇ ਸਾਰੇ ਲੋਕ ਉਹਦੇ ਤੇ ਜ਼ਰੂਰ ਗੌਰ ਕਰਨਗੇ। ਹਾਂਜੀ, ਇਹ ਗੀਤ ਬੇਸਿਕਲੀ ਹਰ ਇਮਾਨਦਾਰ ਦੀ ਡਿਜ਼ਾਇਰ ਹੈ, ਹਰ ਇਮਾਨਦਾਰ ਚਾਹੁੰਦਾ ਹੈ ਕਿ ਜਿੰਨੇ ਵੀ ਲੋਕਾਂ ਨੇ ਮਸੀਹ ਨੂੰ ਕਬੂਲ ਕੀਤਾ ਹੈ, ਬਕਾਇਦਾ ਬੈਪਟਾਈਜ਼ ਹੋਏ ਨੇ, ਫਿਰ ਉਸ ਇਮਾਨਦਾਰ ਦੀ ਖੁਆਇਸ਼ ਹੈ ਕਿ ਜਲਦ ਅਜ਼ਲਦ ਖੁਦਾਵੰਦ ਨੂੰ ਮਿਲੇ। ਉਹਦੇ ਵਾਸਤੇ ਦੁਨੀਆਂ ਦੀ ਸਾਰੀ ਸ਼ਾਨੋ ਸ਼ੌਕਤ ਉਹਦੇ ਵਾਸਤੇ ਪਾਣੀ ਹੈ,
ਵਾਹ ਤੇ ਵਾਹ ਬੇਸਿਕਲੀ ਉਹ ਦੇ ਤੇ ਮੇਰੇ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਹੈ। ਹੋਪਫੁਲੀ ਤੁਸੀਂ ਵੀ ਇਰਫਾਨ ਬਾਈ ਸੁਣਿਆ ਹੋਏਗਾ ਆਡੀਓ ਜ਼ਰੂਰ, ਸਰ ਤੁਸੀਂ ਤੇ ਮੇਰੇ ਨਾਲ ਜ਼ਰੂਰ ਸਾਡੇ, ਮੈਂ ਉਹਦਾ ਦੇਖੋ ਮੈਂ ਸੁਣਿਆ ਮੈਂ ਤਾਂ ਸਾਡੇ ਦੋ ਲਾਈਨਾਂ ਦੋਸਤਾਂ ਨੇ ਨਹੀਂ ਸੁਣਿਆ, ਮੈਂ ਚਾਹਾਂਗਾ ਉਹਨਾਂ ਦੇ ਨਾਲ ਹੀ ਸਾਂਝਾ ਕਰੀਏ ਅੱਜ, ਮੈਂ ਚਾਹਾਂਗਾ ਇਮਾਨ ਦੇ ਤਾਲੁਕ ਨਾਲ ਗੀਤ ਜਦੋਂ ਆਵੇ ਤੁਸੀਂ ਜ਼ਰੂਰ ਅੱਛੇ ਅੱਛੇ ਕਮੈਂਟਸ ਕਰਨੇ ਨੇ, ਸ਼ੇਅਰ ਕਰਨੇ ਨੇ, ਔਰ ਜਿੰਨੇ ਸਾਡੇ ਭੈਣ ਭਰਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਇੱਕ ਦੂਸਰੇ ਦੇ ਕੰਮ ਨੂੰ ਪਸੰਦ ਕਰਿਆ ਕਰੋ, ਕਿਉਂਕਿ ਕੰਮ ਲੱਗਦਾ ਬੜਾ ਆਸਾਨ ਹੈ ਲੇਕਿਨ ਕਰਨਾ ਬਹੁਤ ਮੁਸ਼ਕਲ ਹੈ। ਆਡੀਓ ਰਿਕਾਰਡ ਕਰਨਾ, ਫਿਰ ਰਿਕਾਰਡਿੰਗ ਵਾਸਤੇ ਲੋਕੇਸ਼ਨਸ 'ਤੇ ਜਾਣਾ, ਸ਼ੂਟ ਕਰਨਾ, ਐਡਿਟ 'ਤੇ ਬੈਠਣਾ, ਪੋਸਟ ਪ੍ਰੋਡਕਸ਼ਨ ਬੜਾ ਮੁਸ਼ਕਲ ਕੰਮ ਹੈ, ਇਹ ਲੱਗਦਾ ਬੜਾ ਕੰਮ ਆਸਾਨ ਹੈ। ਦੋਸਤੋ ਮੈਂ ਚਾਹਾਂਗਾ ਅਰੁਣ ਬਾਈ ਤੁਹਾਨੂੰ ਉਸ ਗੀਤ ਦੇ ਬਾਰੇ ਜਿਨ੍ਹਾਂ ਦੇ ਬਾਰੇ ਦੱਸਿਆ ਜਿਹੜਾ ਆਉਣ ਵਾਲਾ ਗੀਤ ਹੈ ਉਹਦੀਆਂ ਦੋ ਲਾਈਨਾਂ ਸਾਂਝੀਆਂ ਕਰਨ ਪੜਿਆ। ਜੀ ਅਰੁਣ ਬਾਈ ਛੇਤੀ ਛੇਤੀ ਆ ਜਾ ਯਸੂ ਮੈਂ ਪੁਕਾਰਦਾ ਤੇਰੇ ਹੀ ਨਾਂ ਦੇ ਮੈਂ ਹਨਾਰੇ ਮਾਰਦਾ ਛੇਤੀ ਛੇਤੀ ਆ ਜਾ ਯਸੂ ਮੈਂ ਪੁਕਾਰਦਾ ਤੇਰੇ ਹੀ ਨਾਂ ਦੇ ਮੈਂ ਹਨਾਰੇ ਮਾਰਦਾ ਛੇਤੀ ਛੇਤੀ ਆ ਜਾ ਇਸ ਜਹਾਨ ਦੀ ਸ਼ੈਵਾ ਨਾਲ ਮੈਨੂੰ ਕੋਈ ਨਾ ਵਾਸਤਾ ਇਸ ਜਹਾਨ ਦੀ ਸ਼ੈਵਾ ਨਾਲ ਮੈਨੂੰ ਕੋਈ ਨਾ ਵਾਸਤਾ ਮੈਨੂੰ ਬਸ ਹੁਣ ਦਿਸਦਾ ਏ ਆਸਮਾਨੀ ਰਾਸਤਾ ਆਸਮਾਨੀ ਰਾਸਤਾ ਤੇਰੇ ਹੀ ਚੰਡੇ ਯਸੂ ਮੈਂ ਹਾਂ ਗਾੜਦਾ ਤੇਰੇ ਹੀ ਨਾਂ ਦੇ ਮੈਂ ਹਾਂ ਨਾਰੇ ਮਾਰਦਾ ਛੇਤੀ ਛੇਤੀ ਆ ਜਾ। ਬੜਾ ਪੁਰਾਣਾ ਗੀਤ ਹੈ ਵੈਸੇ, ਮੈਂ ਤੇ ਜਿੰਨਾ ਸੁਣਿਆ ਮੇਰਾ ਖਿਆਲ ਹੋਰ ਕਿਸੇ ਨੇ ਨਹੀਂ ਸੁਣਿਆ ਹੁਣ ਹਾਲੇ ਤੱਕ, ਕਿਉਂਕਿ ਤੁਸੀਂ ਸਭ ਤੋਂ ਪਹਿਲੇ ਮੈਨੂੰ ਲੱਗਦਾ ਸ਼ਾਇਦ ਜਦੋਂ ਰਿਕਾਰਡ ਹੋਇਆ ਸੀ ਤੁਸੀਂ ਸ਼ੇਅਰ ਵੀ ਮੇਰੇ ਨਾਲ ਕੀਤਾ ਸੀ। ਜੀ ਜੀ ਬਿਲਕੁਲ ਡੈਫੀਨੇਟਲੀ, ਔਰ ਮੈਨੂੰ ਯਾਦ ਹੈ ਮੈਂ ਆਪਣੀ ਗੱਡੀ 'ਚ ਇਹਨੂੰ ਬਹੁਤ ਸੁਣਿਆ। ਪ੍ਰੋਗਰਾਮ ਦੀ ਮਰਜ਼ੀ ਦੇ ਮੁਤਾਬਿਕ ਸਾਰੀ ਚੀਜ਼ਾਂ ਹੁੰਦੀਆਂ ਨੇ, ਇਹਦਾ ਵੀਡੀਓ ਕਾਫੀ ਡਿਲੇ ਹੋਇਆ ਕੁਛ ਮਸਰੂਫੀਅਤ ਦੀ ਵਜ੍ਹਾ ਤੋਂ, ਲੇਕਿਨ ਖੁਦਾਵੰਦ ਨੇ ਹੁਣ ਮੁਮਕਿਨ ਕੀਤਾ ਕਿ ਅਸੀਂ ਇਹਦਾ ਵੀਡੀਓ ਕਰੀਏ ਔਰ ਜਲਦ ਤੋਂ ਜਲਦ ਇਹਨੂੰ ਰਿਲੀਜ਼ ਕਰੀਏ। ਲਓ ਜੀ ਦੋਸਤੋ, ਥੈਂਕ ਯੂ ਸੋ ਮੱਚ ਹਰੂਨ ਬਾਈ, ਖਾਸ ਤੌਰ 'ਤੇ ਤੁਹਾਡਾ ਵੀ ਸੀ ਤੁਹਾਡੇ ਕੋਲੋਂ ਜਾਣ ਤੋਂ ਪਹਿਲੇ, ਇਜਾਜ਼ਤ ਤੋਂ ਪਹਿਲੇ ਮੈਂ ਚਾਹਾਂਗਾ ਦੋਸਤੋ ਜਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਕਿ ਅੱਜ ਸਾਡੇ ਨਾਲ ਹਰੂਨ ਬਾਈ ਨੇ ਇਸ ਟਾਈਮ ਕਾਲ 'ਤੇ ਨੇ, ਔਰ ਜਾਣ ਤੋਂ ਪਹਿਲੇ ਸੁਣੋ ਹਰੂਨ ਬਾਈ ਦਾ ਖੂਬਸੂਰਤ ਗੀਤ। ਜੀ ਅਰੁਣ ਬਾਈ, ਏ ਖੁਦਾਵੰ ਹਰ ਨਯਾ ਦਿਨ ਤੇਰੇ ਨਾਮ ਸੇ ਮੈਂ ਸ਼ੁਰੂ ਕਰੂੰ, ਏ ਖੁਦਾਵੰ ਹਰ ਨਯਾ ਦਿਨ ਤੇਰੇ ਨਾਮ ਸੇ ਮੈਂ ਸ਼ੁਰੂ ਕਰੂੰ, ਤੇਰਾ ਸ਼ੁਕਰ ਕਰੂੰ ਤੇਰੀ ਹਮਦ ਕਰੂੰ, ਤੁਝ ਕੋ ਹੀ ਜਲਾਲ ਮੈਂ ਦੂੰ, ਤੇਰਾ ਸ਼ੁਕਰ ਕਰੂੰ ਤੇਰੀ ਹਮਦ ਕਰੂੰ, ਤੁਝ ਕੋ ਹੀ ਜਲਾਲ ਮੈਂ ਦੂੰ, ਏ ਖੁਦਾਵੰ ਹਰ ਨਯਾ ਦਿਨ ਤੇਰੇ ਨਾਮ ਸੇ ਮੈਂ ਸ਼ੁਰੂ ਕਰੂੰ, ਮੇਰੀ
सांसों को तूने संभाला, मेरी आंखों को बख्शा उजाला, मेरी सांसों को तूने संभाला, मेरी आंखों को बख्शा उजाला, गए दिन की थकन को मिटा के मेरी रात को सुबह में ढाला, हर घड़ी के हर पहर में तेरे नाम का मैं जिक्र करूं, तेरा शुक्र करूं, तेरी हमद करूं, तुझको ही जलाल मैं दूं, ऐ खुदावन हर नया दिन तेरे नाम से मैं शुरू करूं। हरुण भाई तुसी सानू पता नहीं ਕਿਹੜੀਆਂ ਯਾਦਾਂ 'ਚ ਲੈ ਗਏ ਹੋ ਜਦੋਂ ਅਸੀਂ ਬੈਠ ਕੇ ਤੁਹਾਡੇ ਕੋਲੋਂ ਲਾਈਵ ਸੁਣਦੇ ਹਾਂ ਸਰ, ਮੈਂ ਤਾਂ ਇਸ ਟਾਈਮ ਪਾਕਿਸਤਾਨ ਪਹੁੰਚ ਗਿਆ ਤੁਹਾਨੂੰ ਪਤਾ। ਅਜੇ ਹਰੁਣ ਬਾਈ ਥੈਂਕ ਯੂ ਸੋ ਮਚ ਤੁਹਾਡੇ ਸਾਰੇ ਟਾਈਮ ਲਈ, ਤੁਸੀਂ ਡਿਊਟੀ 'ਤੇ ਇਸ ਟਾਈਮ, ਸਲਾਮ ਤੁਹਾਨੂੰ ਬਰਕਤ ਦੇ, ਬਾਜੀ ਨੂੰ, ਭਾਬੀ ਨੂੰ, ਬੱਚਿਆਂ ਨੂੰ, ਖੁਸ਼ ਰਹੋ ਸਰ, ਹੱਸਦੇ ਵੱਸਦੇ ਰਹੋ, ਤੁਹਾਡੇ ਸਾਰੇ ਪਿਆਰ ਲਈ ਬਹੁਤ ਬਹੁਤ ਸ਼ੁਕਰੀਆ। ਦੋਸਤੋ ਅੱਜ ਸਾਡੇ ਨਾਲ ਹਰੁਣ ਬਾਈ ਨੇ, ਮੈਂ ਇਹਨਾਂ ਦੇ ਕੋਲੋਂ ਬਹੁਤ ਹੀ ਕੁਝ ਸਿੱਖਿਆ, ਉਹਦੀ ਵਜ੍ਹਾ ਮੈਂ ਇਸ ਵਜ੍ਹਾ ਕਹਿ ਰਿਹਾ, ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਯਾਰ ਦੋਸਤ ਤੁਹਾਡੇ ਤੋਂ ਛੋਟੇ ਹੋਣ ਅਤੇ ਤੁਸੀਂ ਉਹਨਾਂ ਦੇ ਕੋਲੋਂ ਸਿੱਖਦੇ ਨਹੀਂ। ਮੈਂ ਮੇਰੇ ਦੋਸਤ ਨੇ ਬੇਸਿਕਲੀ, ਅਸੀਂ ਬੇਸ਼ੱਕ ਅਸੀਂ ਦੂਸਰੇ ਇੱਕ ਦੇ ਨਾਲ ਅਸੀਂ ਮਜ਼ਾਕ ਸ਼ੁਗਲ ਦੇ ਵਿੱਚ ਰਹਿੰਦੇ, ਲੇਕਿਨ ਮੈਂ ਆਪਣੇ ਦੋਸਤਾਂ ਕੋਲੋਂ, ਆਪਣੇ ਭੈਣ ਭਰਾਵਾਂ ਕੋਲੋਂ ਬਹੁਤ ਕੁਝ ਸਿੱਖਿਆ। ਔਰ ਜ਼ਿੰਦਗੀ ਸਿੱਖਣ ਦਾ ਦੂਸਰਾ ਨਾਮ ਹੈ, ਅਸੀਂ ਕਿਸੇ ਵੀ ਮੌਕੇ 'ਤੇ ਕਿਸੇ ਵੀ ਜਗ੍ਹਾ 'ਤੇ ਕੁਝ ਨਾ ਕੁਝ ਇਨਸਾਨ ਦੇ ਕੋਲੋਂ ਸਿੱਖ ਸਕਦੇ ਹਾਂ। ਅਰੁਣ ਬਾਈ ਬਹੁਤ ਸ਼ੁਕਰੀਆ ਤੁਹਾਡਾ, ਮੈਂ ਕਾਲ ਬੰਦ ਕਰਨ ਤੋਂ ਪਹਿਲੇ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਾਂਗਾ, ਤੁਸੀਂ ਇੰਨਾ ਖੂਬਸੂਰਤ ਟਾਈਮ ਸਾਨੂੰ ਦਿੱਤਾ, ਸਾਡੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਔਰ ਪੁਰਾਣੀਆਂ ਯਾਦਾਂ ਨੂੰ ਅਸੀਂ ਤਾਜ਼ਾ ਕੀਤੀਆਂ। ਪਾਕਿਸਤਾਨ 'ਚ ਫਿਰ ਦੁਬਾਰਾ ਜ਼ਰੂਰ ਮੁਲਾਕਾਤ ਹੋਏਗੀ। ਅਰੁਣ ਬਾਈ ਥੈਂਕ ਯੂ ਸੋ ਮਚ, ਔਰ ਹੱਸਦੇ ਵੱਜਦੇ ਰਹੋ, ਖੁਦਾਮ ਤੁਹਾਨੂੰ ਬਹੁਤ ਜ਼ਿਆਦਾ ਬਰਕਤ ਦੇ, ਔਰ ਲਵ ਯੂ ਹੋ ਗਿਆ। ਓਕੇ ਓਕੇ ਅਰੁਣ ਬਾਈ ਥੈਂਕ ਯੂ। ਲਓ ਜੀ ਅੱਜ ਸਾਡੇ ਨਾਲ ਸਨ ਹਰੁਣ ਜੌਨ, ਔਰ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅਸੀਂ ਇੱਕ ਪੁਰਾਣੀਆਂ ਯਾਦਾਂ ਨੂੰ ਅਸੀਂ ਤਾਜ਼ਾ ਕੀਤਾ, ਔਰ ਸਾਰੀਆਂ ਉਹ ਗੱਲਾਂ ਜਿਹੜੀਆਂ ਅਸੀਂ ਕੰਮ ਦੇ ਦੌਰਾਨ ਸਾਡੇ ਨਾਲ ਇੱਕ ਦੂਸਰੇ ਦੇ ਨਾਲ ਕਰਨੇ ਸਾਂ, ਸ਼ੁਗਲ ਸਾਰਾ ਕਰਨੇ ਸਾਂ, ਲੇਕਿਨ ਸ਼ੁਗਲ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਕੋਲੋਂ ਕਾਫੀ ਜ਼ਿਆਦਾ ਚੀਜ਼ਾਂ ਅਸੀਂ ਸਿੱਖਣੇ ਵੀ ਸਾਂ। ਬੇਸਿਕਲੀ ਮਿਊਜ਼ਿਕ ਦੇ ਮਾਮਲੇ 'ਚ ਉਹ ਮੇਰੇ ਸੀਨੀਅਰ ਨੇ, ਔਰ ਮੈਂ ਕਹਾਂਗਾ ਕਿ ਕੰਪੋਜੀਸ਼ਨ ਬਹੁਤ ਅੱਛੀ ਕਰਦੇ ਨੇ, ਗਾਉਂਦੇ ਬਹੁਤ ਅੱਛੇ ਨੇ, ਖੁਦਾ ਨੇ ਅੱਛੀ ਆਵਾਜ਼ ਦਿੱਤੀ ਹੋਈ ਹੈ, ਪਸ਼ੂ ਬਹੁਤ ਅੱਛਾ ਕਰਦਾ, ਔਰ ਸਭ ਤੋਂ ਅੱਛੀ ਗੱਲ ਮੈਂ ਦੱਸਿਆ ਕਿ ਹਰੁਣ ਬਾਈ ਦਿਲ ਦੇ ਬਹੁਤ ਹੀ ਪਾਕ ਸਾਫ਼ ਔਰ ਨੇਕ ਨੀਤੀ, ਔਰ ਮੈਂ ਕਹਿੰਦਾ ਕਿ ਜਿੰਨੀਆਂ ਖੂਬੀਆਂ ਉਹਨਾਂ ਦੇ ਵਿੱਚ ਨੇ, ਖੁਦਾ ਨੇ ਕੁੱਟ ਕੁੱਟ ਕੇ ਭਰੀਆਂ ਹੋਈਆਂ ਨੇ, ਅਤੇ ਅੱਛੀਆਂ ਗੱਲਾਂ ਕਰਨ ਦਾ ਨਤੀਜਾ ਵੀ ਉਹੀ ਹੈ। ਦੋਸਤੋ ਅੱਜ ਸਾਨੂੰ ਇਜਾਜ਼ਤ ਦਿਓ, ਦੁਬਾਰਾ ਫਿਰ ਇੱਕ ਕਿਸੇ ਖੂਬਸੂਰਤ ਭਰਾ ਦੇ ਨਾਲ, ਕਿਸੇ ਭੈਣ ਦੇ ਨਾਲ ਦੁਬਾਰਾ ਫਿਰ ਤੁਹਾਡੀ ਗੱਲਬਾਤ ਕਰਾਵਾਂਗੇ, ਅਗਰ ਕਿਸੇ ਦੇ ਨਾਲ ਗੁੱਸਾ ਨਾਰਾਜ਼ਗੀ ਹੋ ਵੀ ਜਾਂਦੀ ਹੈ ਤਾਂ ਮਾਫ਼ ਕਰਦੇ ਕਰੋ। ਥੈਂਕ ਯੂ ਸੋ ਮਚ ਜੀ, ਮੈਨੂੰ ਦਿਓ ਇਜਾਜ਼ਤ, ਦੁਬਾਰਾ ਫਿਰ ਮੁਲਾਕਾਤ ਹੋਏਗੀ, ਅਤੇ ਦੇਖਦੇ ਰਹੋ ਪ੍ਰੋਗਰਾਮ ਸੋਚ ਸਮਝ ਕੇ।